ਸਕਦਾ ਹੈ, ਪਰ ਬਾਹਰਲਾ ਖਿਡਾਰੀ ਜਿਹੜਾ ਉਹ ਚੇਂਜ ਨਹੀਂ ਕੀਤਾ ਜਾਵੇਗਾ। ਇਹ ਨੋਟ ਕਰ ਲਓ ਤੇ ਪਹਿਲਾ ਸੈਮੀਫਾਈਨਲ ਟੀਮਾਂ ਲਾਈਨਅਪ ਕਰ ਦਿਓ। ਮੈਂ ਚਰਨਜੀਤ ਸਿੰਘ ਜੀ ਚਾਹਲ ਸਾਹਿਬ ਨੂੰ ਬੇਨਤੀ ਕਰਦਾ ਵੀ ਸਟੇਜ ਦੇ ਉੱਪਰ ਜਿੰਨੀਆਂ ਵੀ ਮਹੱਤਵਪੂਰਨ ਸ਼ਖਸੀਅਤਾਂ ਉਹਨਾਂ ਨੂੰ ਪਿਆਰ ਦੇਣ, ਜੱਗਾ ਜੀ, ਜੱਗਾ ਜੀ ਯੂਐਫਸੀ ਜੀ ਲੈ ਕੇ ਆਓ। ਚਰਨਜੀਤ ਸਿੰਘ ਜੀ ਚਾਹਲ ਸਾਹਿਬ ਆਓ ਖੇਡ ਮੈਦਾਨ ਦੇ ਅੰਦਰ, ਮਿਹਰਬਾਨੀ ਕਰਕੇ ਪਹਿਲੇ ਮੈਚ ਦੀ ਸ਼ੁਰੂਆਤ ਕਰੀਏ। ਆ ਗੁਲਜ਼ਾਰੀ ਖੇਡ ਮੈਦਾਨ ਦੇ ਵਿੱਚ ਸਾਰੀਆਂ ਮਾਣਯੋਗ ਤੇ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ। ਮਹਿੰਦਰ ਸਿੰਘ ਜੀ ਪਹਿਲਵਾਨ ਸਾਹਿਬ, ਸਾਡੇ ਸਤਿਕਾਰਯੋਗ ਸਰਦਾਰ ਮੱਛਰ ਸਿੰਘ ਜੀ ਨਰਵਾਲ, ਅੱਜ ਜਿਨ੍ਹਾਂ ਦੇ ਪੁੱਤਰ ਦਾ ਕਹਿੰਦੇ ਵੀ ਮੋਟਰਸਾਈਕਲ ਦੇ ਨਾਲ ਸਨਮਾਨ ਹੋਣਾ ਹੈ। ਕਦੇ ਅਲਟੋ ਗੱਡੀਆਂ ਦੀ ਗੱਲ, ਕਦੇ 59 ਟਰੈਕਟਰ, ਕਦੇ 4 ਟਰੈਕਟਰ, ਕਦੇ ਨੁਕਰੀਆਂ ਘੋੜੀਆਂ। ਕਹਿੰਦੇ ਵੀ ਸਰਦਾਰ ਮੱਛਰ ਸਿੰਘ ਨੇ ਸੁਪਨਾ ਲਿਆ ਸੀ ਕਿ ਗੋਪਾਲ ਪ੍ਰੀਏ ਨੰਨੀ ਨੂੰ ਆਪਾਂ ਭਲਵਾਨੀ ਦੇ ਵਿੱਚ ਚਮਕਾਵਾਂਗੇ, ਪਰ ਸਮੇਂ ਨੇ ਹੋਂਦ ਬਦਲ ਦਿੱਤੀ। ਸੁਖੇ ਕਿਸ਼ੋਰੀਏ ਨੇ ਕਹਿੰਦੇ ਵੀ ਨੰਨੀ ਗੋਪਾਲ ਪ੍ਰੀਏ ਦੀ ਬਾਂਹ ਫੜ ਲਈ ਤੇ ਅੱਜ ਗੋਪਾਲ ਪ੍ਰੀਏ ਨੰਨੀ ਕਹਿੰਦੇ ਵੀ ਸੁਪਰ ਸਟਾਰ ਬਣ ਗਿਆ ਕਬੱਡੀ ਦਾ, ਜਿਹਦਾ ਅੱਜ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਜਗਤਾਰ ਸਿੰਘ ਜੀ ਯੂਐਸਏ ਤੇ ਚਰਨਜੀਤ ਸਿੰਘ ਜੀ ਚਾਹਲ ਸਾਹਿਬ ਵੱਲੋਂ ਕੀਤਾ ਜਾਣਾ, ਔਰ ਉੱਥੇ ਨਾਲ ਦੀ ਨਾਲ ਬੈਸਟ ਰੇਡਰ ਤੇ ਜਾਫੀ ਨੂੰ ਵੀ ਇਹਨਾਂ ਵੱਲੋਂ ਮੋਟਰਸਾਈਕਲ ਦਿੱਤੇ ਜਾਣੇ ਆ। ਸਾਡਾ ਅਮਨ ਨਿਊਜ਼ੀਲੈਂਡ ਵਿਸ਼ੇਸ਼ ਤੌਰ ਤੇ ਪੁੱਜਿਆ ਆਪਣੇ ਪੂਰੇ ਪਰਿਵਾਰ ਦੇ ਨਾਲ ਇਸ ਸਾਲ, ਔਰ ਵੱਡੇ ਮਾਨ ਲੈ ਕੇ ਪੁੱਜਿਆ, ਮੈਂ ਉਹਨਾਂ ਵੀ ਵਿਸ਼ੇਸ਼ ਤੌਰ ਤੇ ਸਤਿਕਾਰ ਕਰਦਾ, ਜੀਆਂ ਨੂੰ ਆਖਦਾ ਅਮਨ ਮੋਨੂ ਸਾਡਾ ਵੀਰ, ਸੋ ਇਹਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਸਤਿਕਾਰ ਕਰਦੇ ਹਾਂ ਅੱਜ ਜੀ ਆਇਆਂ ਨੂੰ। ਸਾਡੀਆਂ ਮਾਣਯੋਗ ਤੇ ਸਤਿਕਾਰਯੋਗ ਸ਼ਖਸੀਅਤਾਂ ਦਾ ਅਮਨ ਤੇ ਸੋਨੀ ਨਿਊਜ਼ੀਲੈਂਡ ਤੋਂ ਪੁੱਜੇ ਨੇ ਦੋਨੋਂ ਵੀਰ। ਕਹਿੰਦੇ ਵੀ ਸਾਡੇ ਜਗਤਾਰ ਜੱਗਾ ਜੀ ਯੂਐਸਏ ਵਾਲਿਆਂ ਦੇ ਭਤੀਜੇ ਨੇ ਮੇਰੇ ਵੀਰੋ, ਔਰ ਐਲਾਨ ਕੀਤਾ ਵੀ ਜੋ ਸਾਡਾ ਚਾਚਾ ਐਲਾਨ ਕਰੇ ਹਰ ਸਾਲ, ਉਹ ਜਿਹੜਾ ਮਾਨ ਸਨਮਾਨ ਹੈ ਸਾਡੇ ਵੱਲੋਂ ਖੇਡਾਂ ਸੰਘਵਾਲ ਦੀਆਂ ਦੇ ਵਿੱਚ ਦਿੱਤਾ ਜਾਵੇਗਾ। ਤੇ ਕਬੱਡੀ 365 ਦੇ ਜ਼ਰੀਏ ਸੋਨਦੀਪ ਵੀ ਯੂਐਸਏ ਦੀ ਧਰਤੀ ਤੇ ਬੈਠ ਕੇ ਤੱਕ ਰਿਹਾ ਹੈ। ਸਾਡੇ ਐਨਆਰਆਈ ਵੀਰ, ਸਾਡੇ ਜਸਵੀਰ ਸ਼ੀਰਾ ਜੀ ਹੁਣੀ ਤੱਕ ਰਹੇ ਨੇ ਮੇਰੇ ਪੰਜਾਬੀ ਵੀਰੋ, ਅੱਜ ਜਿਹਨਾਂ ਦੀ ਸਰਪ੍ਰਸਤੀ ਹੈ, ਜੋ ਚੇਅਰਮੈਨ ਨੇ ਇਸ ਕਲੱਬ ਦੇ, 1 ਲੱਖ ਰੁਪਏ ਦਾ ਵੱਡਾ ਸਹਿਯੋਗ ਉਹਨਾਂ ਨੇ ਦਿੱਤਾ ਇਸ ਖੇਡ ਮੇਲੇ ਵਾਸਤੇ, ਸੋ ਉਹਨਾਂ ਦਾ ਧੰਨਵਾਦ। ਮਲਕੀਤ ਕਾਂਜਲੀ ਵਾਲਾ ਵੀ ਪੁੱਜਿਆ, ਭਲਵਾਨੀ ਦੀ ਦੁਨੀਆ ਦੇ ਵਿੱਚ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਵੱਡਾ ਨਾਮ ਹੈ ਮਲਕੀਤ ਕਾਂਜਲੀ ਦਾ, ਉਹ ਵੀ ਪੁੱਜਿਆ ਸਾਡਾ ਵੀਰ, ਉਹਦਾ ਵੀ ਧੰਨਵਾਦ। ਪਹਿਲਵਾਨ ਜਗੀਰ ਸਿੰਘ ਜੀ ਦੀ ਯਾਦ ਦੇ ਵਿੱਚ ਅੱਜ ਵੱਡੇ ਪੱਧਰ ਦੀਆਂ ਕੁਸ਼ਤੀਆਂ ਇਸ ਖੇਡ ਮੈਦਾਨ ਦੇ ਵਿੱਚ ਕਰਵਾਈਆਂ ਜਾਣਗੀਆਂ। ਤੇ ਸਰਦਾਰ ਮੱਛਰ ਸਿੰਘ ਜੀ ਨਰਵਾਲ ਸਾਹਿਬ ਨੇ 5100 ਰੁਪਏ ਦਾ ਜਿਹੜਾ ਯੋਗਦਾਨ ਹੈ ਉਹ ਕੁਸ਼ਤੀਆਂ ਵਾਸਤੇ ਦਿੱਤਾ। ਮਹਿੰਦਰ ਸਿੰਘ ਜੀ ਪਹਿਲਵਾਨ ਸਾਹਿਬ ਜਾਣਕਾਰੀ ਦੇ ਰਹੇ ਸਨ। ਸਾਡਾ ਵੀਰ ਓਂਕਾਰ ਸਿੰਘ, ਸਾਡਾ ਵੀਰ ਪੁੱਜਿਆ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ, ਜਸਵੀਰ ਸਿੰਘ ਜੀ ਚਾਹਲ ਸਾਹਿਬ ਦੀ, ਕਹਿੰਦੇ ਵੀ ਜਦੋਂ ਗੱਲ ਚੱਲਦੀ ਹੈ ਤੇ ਸਾਡੇ ਵੀਰ ਓਂਕਾਰ ਦਾ ਨਾਮ ਆਉਂਦਾ ਹੈ। ਸਾਰੀਆਂ ਮਾਣਯੋਗ ਸਤਿਕਾਰਯੋਗ ਸ਼ਖਸੀਅਤਾਂ ਖੇਡ ਮੈਦਾਨ ਦੇ ਨਾਲ, ਜੋਗੀ ਪਹਿਲਵਾਨ ਜੀ, ਹਾਂਜੀ ਰਮਨ ਯੂਐਸਏ, ਠੀਕ ਹੈ, ਸੋ ਧੰਨਵਾਦ ਨਾ, ਠੀਕ ਹੈ ਜੀ, ਠੀਕ ਹੈ। ਸਾਡਾ ਵੀਰ ਰਮਨ ਯੂਐਸਏ,
ਉਹ ਵੀ ਕਬੱਡੀ 365 ਦੇ ਜ਼ਰੀਏ ਦੇਖ ਰਿਹਾ ਹੈ। ਜਿਸ ਸਾਡੇ ਜੱਗਾ ਜੀ ਉਹਨਾਂ ਦੇ ਭਤੀਜਿਆਂ ਦਾ ਕਹਿੰਦੇ ਵੀ ਵੱਡਾ ਯੋਗਦਾਨ ਹੈ। ਰਮਨ ਸਾਡਾ ਵੀਰ ਅਮਰੀਕਾ ਤੋਂ, ਅਮਨ ਸਾਡਾ ਵੀਰ ਤੇ ਸੋਨੀਆ ਸਲ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ। ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜੀ, ਬਹੁਤ ਬਹੁਤ ਜੀਆਂ ਨੂੰ। ਹਾਂਜੀ ਸੁਖਜਿੰਦਰ ਸਿੰਘ ਜੀ ਦੁਬਈ ਵਾਲਾ ਨਾਂ ਹੈ ਸਾਨੂੰ ਮੇਰੇ ਪੰਜਾਬੀ ਵੀਰੇ, ਉਹ ਸੁਖਜਿੰਦਰ ਸਿੰਘ ਦੁਬਈ ਤੋਂ ਵੀ ਕਬੱਡੀ 365 ਦੇ ਜ਼ਰੀਏ ਦੇਖ ਰਿਹਾ ਹੈ ਅੱਜ ਦੇ ਇਸ ਕਬੱਡੀ ਕੱਪ ਨੂੰ। ਜਿੰਨੇ ਵੀ ਸਾਡੇ NRI ਵੀਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਇਸ ਖੇਡ ਮੇਲੇ ਦੇ ਵਿੱਚ ਸਹਿਯੋਗ ਦਿੰਦੇ ਆ, ਔਰ ਅੱਜ ਉਹ ਕਬੱਡੀ 365 ਦੇ ਜ਼ਰੀਏ ਵੀ ਤੱਕ ਰਹੇ ਨੇ, ਮੈਂ ਸਾਰੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਖੇਡਾਂ ਸੰਭਾਲ ਦੀਆਂ ਅੱਜ ਨੌਜਵਾਨ ਨੂੰ ਵੱਡੇ ਪੱਧਰ ਤੇ ਹੈ ਤੇ ਪਹਿਲਾ ਸੈਮੀਫਾਈਨਲ ਮੈਚ ਮੇਰੇ ਤੋਂ ਸੱਜੇ ਹੱਥ ਨਥੂ ਚਾਲ ਦੀ ਟੀਮ ਹੈ ਔਰ ਖੱਬੇ ਹੱਥ ਮੇਰੇ ਪੰਜਾਬੀ ਵੀਰ ਚਮਿਆਰੇ ਦੀ ਟੀਮ ਹੈ, ਜਿੱਥੋਂ ਦੇ ਪਿੰਦਰ ਦੀਆਂ ਗੱਲਾਂ ਵੀ ਨਿਊਜ਼ੀਲੈਂਡ ਦੇ ਵਿੱਚ ਹੁੰਦੀਆਂ। ਹਾਂਜੀ 20 ਨੰਬਰ ਜਿਸ ਟੀਮ ਦੇ ਪਹਿਲਾਂ ਹੋਣੇ ਉਹ ਜਿੱਤ ਹੋਵੇਗੀ 20 ਨੰਬਰ। ਅਗਲਾ ਮੈਚ ਤਲਵੰਡੀ ਚੌਧਰੀਆਂ ਤੇ ਸ਼ਕਰਪੁਰ ਦਾ, ਉਹ ਵੀ ਤਿਆਰੀ ਕਰ ਲਓ ਤੇ 20 ਮਿੰਟ ਦਾ 20 ਨੰਬਰ ਦਾ ਸੌਰੀ ਇਹ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ। ਹੈਲੋ, ਇੱਕ ਬੇਨਤੀ ਮੇਰੇ ਵੀਰ ਆਲਮਗੀਰ ਭਾਜੀ ਨੂੰ ਤੇ ਇੰਦਰਜੀਤ ਸਿੰਘ ਪੰਡਾ ਨੂੰ ਕਿ ਜਿਸ ਤਰ੍ਹਾਂ ਵੀ ਨਾ ਮਾਣਯੋਗ ਸ਼ਖਸੀਅਤਾਂ ਇਸ ਗਰਾਊਂਡ ਵਿੱਚ ਪੁੱਜਦੀਆਂ, ਨਾਮ ਨੋਟ ਕਰ ਲਿਆ ਕਰੋ। ਚੱਲਦੇ ਮੈਚ ਦੇ ਵਿੱਚ ਸਿਰਫ ਤੁਸੀਂ ਕਮੈਂਟ ਨਹੀਂ ਕਰਨੀ ਆ, ਜੋ ਵੀ ਮਾਣ ਸਨਮਾਨ ਆ ਉਹ ਹਾਫ ਟਾਈਮ ਦੇ ਵਿੱਚ ਜਾਂ ਮੈਚ ਤੋਂ ਬਾਅਦ ਨਾਮ ਅਨਾਊਂਸ ਕਰਾਂਗੇ। ਚੱਲਦੇ ਮੈਚ ਵਿੱਚ ਬਿਲਕੁਲ ਸਿਰਫ ਕਮੈਂਟ ਨਹੀਂ ਕੀਤੀ ਜਾਵੇ। ਧੰਨਵਾਦ ਜੀ। ਠੀਕ ਹੈ ਜੀ, ਠੀਕ ਹੈ। ਜੱਗਾ ਭਾਜੀ ਤੇ ਕੱਲ ਤੋਂ ਹੀ ਕਹਿ ਰਿਹਾ ਸੀ ਵੀ ਗੱਲ ਕਮੈਂਟਰੀ ਦੀ ਹੋਣੀ ਚਾਹੀਦੀ, ਕਿਉਂਕਿ ਲੋਕੀ ਕੰਮ ਛੱਡ ਕੇ ਕਬੱਡੀ ਦੇਖਣ ਆਏ ਆ। ਜੇ ਲੋਕਾਂ ਨੂੰ ਪਤਾ ਹੀ ਨਾ ਲੱਗਾ ਵੀ ਟੀਮਾਂ ਕਿਹੜੀਆਂ ਖੇਡਦੀਆਂ, ਖਿਡਾਰੀ ਕਿਹੜੇ ਖੇਡਦੇ, ਤੇ ਫਿਰ ਕਬੱਡੀ ਦਾ ਤੇ ਸਵਾਲ ਹੀ ਨਹੀਂ ਹੁੰਦਾ, ਨਾ ਸਵਾਦ ਆਉਂਦਾ ਦੇਖਣ ਦਾ। ਕਿਉਂਕਿ ਜੱਗੇ ਨੇ ਆਪ ਵੀ ਤਕੜੀ ਕਬੱਡੀ ਖੇਡੀ ਹੈ, ਪਰ ਉਹ ਸਮਾਂ ਕੌਡੀਆਂ ਦਾ ਸੀ ਤੇ ਅੱਜ ਕਬੱਡੀ ਕਰੋੜਾਂ ਦੇ ਵਿੱਚ ਖੇਡੀ ਜਾਂਦੀ ਹੈ। ਜੱਗੇ ਉਹਨਾਂ ਨੇ ਮੋਟਰਸਾਈਕਲਾਂ ਦੀ ਲਾਈਨ ਲਾਤੀ ਹੈ, ਕਹਿੰਦੇ ਵੀ ਅਸੀਂ ਮੋਟਰਸਾਈਕਲ ਦੇਣੇ ਹੈ, ਅਗਲੇ ਸਾਲ ਵਾਸਤੇ ਵੱਡੇ ਐਲਾਨ ਕੀਤੇ ਜਾਣਗੇ। ਇਹ ਵੀ ਮੈਂ ਦਰਸ਼ਕਾਂ ਨੂੰ ਜਾਣਕਾਰੀ ਦਿਆ। ਤੇ ਇਧਰਲੇ ਪਾਸੇ ਪਹਿਲੀ ਜਿਹੜੀ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ ਕਿਹੜਾ ਖਿਡਾਰੀ ਪਾਵੇਗਾ, ਇਹ ਗੁਲਜ਼ਾਰੀ ਹੈ ਲੱਖਣ ਕਲਾਂ ਪਿੰਡ ਆ ਹਮੀਰੇ ਦੇ ਲਾਗੇ। ਬਈ ਵਾਧੂ ਖਿਡਾਰੀ ਬਾਕਸ ਦੇ ਵਿੱਚ ਬੈਠੋ ਜੀ, ਮਿਹਰਬਾਨੀ। ਗਰਾਊਂਡ ਨੂੰ ਬਿਲਕੁਲ ਆਪਾਂ ਕਲੀਅਰ ਰੱਖਣਾ, ਨੋਟ ਕਰ ਲਓ ਖਿਡਾਰੀ। ਅਮਰਜੀਤ ਸਿੰਘ ਜੀ USA ਤੇ ਉਹਨਾਂ ਦਾ ਸਮੁੱਚਾ ਪਰਿਵਾਰ ਅੱਜ ਕਬੱਡੀ 365 ਦੇ ਜ਼ਰੀਏ ਦੇਖ ਰਹੇ ਨੇ। ਅਮਰਜੀਤ ਸਿੰਘ ਜੀ USA ਤੋਂ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ, ਤੇ ਉਹਨਾਂ ਦਾ ਛੋਟਾ ਵੀਰ ਅਮਨਦੀਪ ਸਿੰਘ ਅਮਰੀਕਾ ਤੋਂ ਅੱਜ ਦੇ ਇਸ ਖੇਡ ਮੇਲੇ ਨੂੰ ਲਾਈਵ ਧੱਕ ਰਿਹਾ, ਸੋ ਉਹਨਾਂ ਨੂੰ ਵੀ ਮੁਬਾਰਕਾਂ ਹੈ। ਹਾਂਜੀ ਅਮਨਦੀਪ ਸਾਡਾ ਵੀਰ ਅੱਜ ਉਹ ਵੀ ਕਹਿੰਦੇ ਵੀ ਨਜ਼ਾਰਾ ਲੈ ਰਿਹਾ ਇਸ ਖੇਡ ਮੈਦਾਨ ਦਾ, ਤੇ ਪਹਿਲੀ ਕਬੱਡੀ ਮੇਰੇ ਪੰਜਾਬੀ ਵੀਰੋ ਗੁਲਜ਼ਾਰੀ ਨਾਮ ਹੈ, ਲੱਖਣ ਕਲਾਂ ਪਿੰਡ ਹੈ ਗੱਭਰੂ ਦਾ। ਉਧਲੇ ਪਾਸੇ ਹਰਵਿੰਦਰ ਸਿਆ ਲਾਜਫਾ ਨੌਜਵਾਨਾਂ, ਸੈਮੀ ਫਾਈਨਲ ਮੈਚ ਹੈ, ਮੋਟਰਸਾਈਕਲਾਂ ਦੀ ਗੱਲ ਹੈ, 31,000-25,000 ਦੀ ਗੱਲ ਹੈ, ਓ ਰੋਕਿਆ ਕਦੇ ਨਾ ਰੁਕਦਿਆਂ ਨਹੀਂ, ਲਹਿਰਾਂ ਇਹ ਝਨਾਬ ਦੀਆਂ ਕਿ ਜੋਸ਼ ਅਣਖ ਨਾਲ ਭਰੀਆਂ ਹੋਈਆਂ ਜਵਾਨੀਆਂ ਪੰਜਾਬ ਦੀਆਂ। ਉਧਲੇ ਪਾਸੇ ਕਾਢੀ ਕਰੂ ਕਮਾਲ, ਜਾਂ ਫਿਰ ਉਧਲੇ ਪਾਸੇ ਜੈਲੂ ਕਮਾਲ ਕਰੂ, ਜਾਂ ਫਿਰ ਉਹ ਦੇਖਾਂਗੇ ਵੀ ਗੁਰਜੀਤ ਜੰਝੂਆ ਕਮਾਲ ਕਰੂ ਖੇਡ ਮੈਦਾਨ ਦੇ ਵਿੱਚ। ਰਵੀ ਆਓ ਚਮਿਆਰੇ ਵਾਲਾ ਖੇਡ ਮੈਦਾਨ ਦੀ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ। ਉਧਲੇ ਪਾਸੇ ਦੇਖਦਾ ਵੀ ਆਓ ਸ਼ਾਨਦਾਰ ਸੁਖੇ ਨੇ ਕੋਸ਼ਿਸ਼ ਕੀਤੀ ਹੋਈ ਤੇ ਨੰਬਰ ਰੀਡਰ ਦੇ ਖਾਤਰ ਵੀ ਜੁੜ ਗਿਆ। ਚੱਲ ਵੀ ਕਮਲ ਪਾ ਕਬੱਡੀ ਨੌਜਵਾਨਾਂ, ਕਮਲ ਦੀ ਕਬੱਡੀ ਹੈ। ਇੱਕ ਪਾਸੇ ਉਹ ਵੇਖਦਾ ਵੀ ਨੌਜਵਾਨ ਗੱਭਰੂ ਹਰਵਿੰਦਰ ਤੁਨਾ ਚਮਿਆਰੇ ਦਾ, ਰਾਜਾ ਕੁਹਾਲੇ ਪਿੰਡ ਦਾ, ਉਹ ਬੂਟਾ ਸੋਲ ਜਗੀਰ ਪਿੰਡ ਦਾ ਮੇਰੇ ਵੀਰੋ। ਚਾਰ ਜਾਫੀ ਤਿਆਰ ਬਰ ਤਿਆਰ ਨੇ ਤੇ ਕਮਲ ਲੱਖਣ ਵਾਲਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ। ਕੁਹਾਲੇ ਪਿੰਡ ਦੇ ਰਾਜੇ ਨੇ ਕੋਸ਼ਿਸ਼ ਕੀਤੀ ਹੋਈ ਖੇਡ ਮੈਦਾਨ ਦੇ ਵਿੱਚ ਡੱਕਣ ਵਾਸਤੇ, ਆਓ ਸ਼ਾਨਦਾਰ ਅੰਦਾਜ਼ ਕਮਲ ਦੀ ਕਬੱਡੀ ਹੈ। ਰਾਜਾ ਖੇਡ ਮੈਦਾਨ ਵਿੱਚ ਕੋਸ਼ਿਸ਼ ਕਰਦਾ ਹੋਇਆ, ਸਾਨਾ ਦਾ ਭੇੜ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ, ਬੱਲੇ 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 ਬੱਲੇ, ਤਾੜੀਆਂ ਮਾਰਦੇ ਮੇਰੇ ਪੰਜਾਬੀ ਵੀਰੋ। ਬਹੁਤ ਸੋਹਣਾ ਜਫਾ ਇੰਦਰਜੀਤ ਸਿੰਘ ਜੀ ਪੱਡਾ ਸਾਹਿਬ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਸ਼ਖਸੀਅਤ ਦੇ ਕੋਲੋਂ। ਉਹ ਆਪਣੇ ਮੁਖਾਰਬਿੰਦ ਤੋਂ ਇਸ ਸਮਾਜ ਦੀ ਗੱਲ ਕਰਨਗੇ, ਸਾਡੇ ਮੇਰੀ ਜ਼ਿੰਦਗੀ ਦੀ ਪਰਮਪ੍ਰੀਯ ਸ਼ਖਸੀਅਤਾਂ ਦੇ ਵਿੱਚ, ਜਿੱਥੇ ਮੱਖਣ ਅਲੀ ਜੀ, ਉੱਥੇ ਇੰਦਰਜੀਤ ਸਿੰਘ ਜੀ ਪੱਡਾ ਤੇ ਸੁਖਵੀਰ ਸਿੰਘ ਜੀ ਚੌਹਾਨ। ਸੋ ਗੱਲ ਇਸ ਵੇਲੇ ਇੰਦਰਜੀਤ ਸਿੰਘ ਜੀ ਪੱਡਾ ਸਾਹਿਬ ਕਰਨਗੇ ਅਗਲੇ ਮੈਚ ਦੀ।
मार दो एक बारी तारिया मार दो ना इना नौजवान वास्ते कबड्डी वास्ते तारिया मार दो लाओ सिख सरदार गबरू दसम पातशाह गुरु गोबिंद सिंह की बख्शी हुई सिखी और नथू चलता ए नौजवान गुलजारी तो मारिया हुआ हल्का जा टच पॉइंट लैके अपनी टीम वाले पास नो तो पॉइंट अपनी टीम वास्ते चल पे नौजवान चमियारे की धरती मशहूर करने वाले कदे तुन्ने वर्गिया का नाम और कदे पिंदर वर्गिया का नाम आ नौजवान कहते पिंदर दुध किटा रंग कबरू का हल्का जा टच मार के भजा जाता पॉइंट चमियारे वास्ते एक अंक का वादा करता हुआ कि करके यादगुरां नूं रेडर दिंदे मत्था टेक जिस जाफी पकड़ बनाइए लावे रेडर दी ब्रेक जिथे जिथे रेडा पैंदियां उथे धरती विच पैंदे शेक के नंगे पिंडे चमकदे सारी दुनिया रही है देख मैच ओ नहीं आखिर जितना जिहदे जित लिखी विच लेख आ कमल दे नाल तुन्ने दा मुकाबला पर पॉइंट देख लो भी कमल वास्ते बहुत सोहणी कुशल तुन्ने चमियारे दी पर पॉइंट कमल वास्ते चल बे नौजवान पा फिर भी अगली रेड सजे पट के उत्ते गबरू जो थापी काले रंग की निकर दे लैस बहुत सोहना अंदाज इस कबड्डी के खिडारी का आओ देखते भी रवि की पई हुई रेड के उत्ते कौन जफा भरदा अगे भी जल्लू वर्गे कांडी वर्गे दंजुओ वर्गे और सुखे वर्गे और देखांगे भी इधर अगले पासे लगा हुआ जोर और पॉइंट जो है वो स्टॉपर वास्ते पॉइंट नथू चाल वास्ते खेडां विचों खेड कबड्डी शान पंजाबियों की कि इस दे विच ही वसदी है जिंद जान पंजाबियों की विच मैदान दे जंग है पिड़ना कम दलेरां दा खेड कबड्डी खेडना शौक पंजाबी शेरां दा आ देखदे पे सामने गुलजारी दी रेड पई होई और सज्जी कनी दे उत्ते भी सिख सरदार गबरू दो नंबर दे उत्ते तुना वध के टच करता होया और पॉइंट देखदे पे मनदीप जिहदा अज मोटरसाइकिल दे नाल मान सन्मान होना तो हल्का जिहा इशारा करदे कि जो पॉइंट है वह गुलजारी वास्ते पॉइंट वास्ते लो जी साडे जगतार सिंह जी जग्गा आखते भी गुलजारी दीआं तीन रेडां दे उत्ते जिहड़ा भी जफ्फा लावेगा 500 रुपए विशेष तौर ते दित्ते जाणगे साडा इंटरनेशनल कबड्डी खिडारी जगतार वल्लों और अमनदीप न्यूजीलैंड वालों सोनी न्यूजीलैंड वालों रमनदीप यूएसए वालों ये तिने जिहड़े नौजवान साडे जग्गे दे भतीजे ने तो विशेष तौर पर अज मान सम्मान लोग बोलन का कमेंट्री का आलमगीर मेरे छोटे वीर का मोटरसाइकिल के नाल करनगे तो आप भी धन्यवाद आखते हैं चल वे नौजवान पा भाई कमल दी रेड दे तो बोलो 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 नहीं रीसा आ नौजवान कहते भाई जस्से वर्गा शरीर है संभालिए जस्से वर्गा शरीर पर पॉइंट देखते भी रेडर वास्ते जड़ी टीम ने 10 नंबर पे पहला हो गए वो जड़ी टीम है कृपा करके सू रिपोर्ट करके पिंदर की रेड पई हुई कि करा जोदड़ी पिता दशमेश अगे मेरे भागा विच पंथ का प्यार लिख दे मेरी तलवार ते जफरनामा कि मेरी ढाल ते चंडी दी वार लिख दे अणखो सखने दिलां दे कागजां ते चढ़दी कला दे अखर चार लिख दे कि साजन वास्ता कौम दे नां उत्ते इक होर अजीत जुझार लिख दे तारियां वज के और पॉइंट देख दे भी जंजीवे वास्ते पॉइंट जुड़ता होया तो अज विशेष तौर पर मोटरसाइकिलों के नाल जिहड़े बेस्ट रेडर होणगे बेस्ट स्टॉपर होणगे तो साडे जगतार जग्गा वल्लों चरणजीत चाहल वल्लों बेस्ट रेडर और बेस्ट स्टॉपर का मोटरसाइकिलों के नाल मान सम्मान किया जाएगा लाओ गुलजारी की रेड पई हुई और जिहड़ा कहिंदे मैं तीन रेडां दे उत्ते जफ्फा लावेगा 500 रुपए साडे जगतार सिंह जग्गे वल्लों दे उत्ते जाणगे लाओ गुलजारी की रेड तो बल्ले बल्ले दो नंबर दे उत्ते रखा तौड़ते हथ हल्के जिहे कीते होए पुछ और पॉइंट पॉइंट समा 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 की फैसला करदा बल्ले बल्ले नहीं नहीं सकम नूं जां तारियां मार दिओ पंजाबी वीरो कहिंदे वे जोर ते जवानी इहो उमरां दी खेडे इहदे विच हुंदा जिहे साना वाला भेड़े तो पाल सिंह जी फगूड़ा भी विशेष तौर ते पहुंच होए आओ देखांगे वे अगली जो रेड आ उह चमियारे वल्लों बहुत सोहणे अंदाज दे विच आ कहिंदे वे गणेश दी रेड दे उत्ते जो जफा उह नहीं लग सकिया पॉइंट गणेश वास्ते चमियारे पिंड वास्ते कि तुन्ना चमियारा जफा लाउंदा तुन के आटे वांगू रख दिंदा बंदा गुन के कहिंदा हुंदी शान सदा नाल केसां दे खेडणी कबड्डी नहीं ओ सिर मुन के आओ देखांगे वे दो नंबर दे उत्ते तुन्ना और एक नंबर दे उत्ते भी सिख सरदार गबरू और नाल कहिंदे वे राजे वर्गे बूटे वर्गे हरदीप वर्गे बल्ले बल्ले लेडी सा फड़िया हा गुट और निकलदा होया हत्थां दे विचों ला भाई नौजवाना बल्ले बल्ले पॉइंट
ਪਿੰਦਰ ਦੇ ਮਾਸਟਰ ਪਿੰਦਰ ਦੀ ਟੀਮ ਵਾਸਤੇ ਬਈ ਚਮਿਆਰੇ ਦੀ ਟੀਮ ਵਾਸਤੇ 500 ਰੁਪਏ ਪਹੁੰਚਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਆਓ ਅਗਲੀ ਰੇਡ ਦੇ ਨਾਲ ਆ ਨੌਜਵਾਨ ਕਹਿੰਦੇ ਵੀ ਗਣੇਸ਼ ਹੈ ਲਓ ਗਣੇਸ਼ ਦੀ ਰੇਡ ਦੇ ਉੱਤੇ ਜ਼ੋਰ ਤੇ ਜਵਾਨੀ ਇਹੋ ਉਮਰਾਂ ਦੀ ਖੇਡ ਜੰਜੂਆ ਦਫਾ ਨਹੀਂ ਲਾ ਸਕਿਆ ਪੁਆਇੰਟ ਗਣੇਸ਼ ਵਾਸਤੇ ਜੁੜਦਾ ਹੋਇਆ ਲਓ ਗੁਲਜ਼ਾਰੀ ਦੀ ਰੇਡ ਲਓ ਜੀ ਜਗਤਾਰ ਜਗਾ ਦੀ ਦੂਸਰੀ ਰੇਡ ਸ਼ੁਰੂ ਹੋ ਗਈ ਜਦੋਂ ਆਪਾਂ ਅਨਾਊਂਸਮੈਂਟ ਕੀਤੀ ਪਹਿਲੀ ਰੇਡ ਸੀ ਆ ਦੂਸਰੀ ਰੇਡ ਹੈ ਇਹ ਨੌਜਵਾਨ ਗੁਲਜ਼ਾਰੀ ਦੀ ਤੂੰ ਸਿੱਖ ਸਰਦਾਰ ਕਮਰੋ ਔਰ ਅੱਗੇ ਟੁੰਡੇ ਵਰਗੇ ਰਾਜੇ ਵਰਗੇ ਬੂਟੇ ਵਰਗੇ ਹਰਦੀਪ ਵਰਗੇ ਕੌਣ ਜੱਫਾ ਭਰਦਾ ਕਿਹਦੀ ਗੱਲ ਅੱਜ ਕਹਿੰਦੇ ਵੀ ਗਲੀ ਗਲੀ ਹੋਵੇਗੀ ਬੱਲੇ ਬੱਲੇ ਉਧਰਲੇ ਪਾਸੇ ਭਰਿਆ ਹੋਇਆ ਬਗਲਾ ਔਰ ਗੁਲਜ਼ਾਰੀ 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 ਬੱਲੇ ਕਹਿੰਦੇ ਵੀ ਪੱਪਾ ਦਾ ਛੋਲਾ ਖਡਾਰੀ ਲਓ ਇਧਰਲੇ ਪਾਸੇ ਕਹਿੰਦੇ ਵੀ ਜੋ ਪੁਆਇੰਟ ਹੈ ਉਹ ਸਟੋਪਰ ਵਾਸਤੇ ਆ ਤੋ ਸਾਡੇ ਜਗਤਾਰ ਸਿੰਘ ਦੀ ਜਗ੍ਹਾ 500 ਰੁਪਏ ਦਾ ਇਹ ਨੌਜਵਾਨ ਹੱਕਦਾਰ ਬਣ ਗਿਆ ਤੋ ਜੱਫਾ ਜੋ ਹੈ ਗੁਲਜ਼ਾਰੀ ਨੂੰ ਲੰਘ ਚੁੱਕਾ ਤੋ 500 ਰੁਪਏ ਦਾ ਜੱਫਾ ਲਓ ਪਿੰਦਰ ਦੀ ਰੇਡ ਪਈ ਹੋਈ ਵੱਡੇ ਵੱਡੇ ਟੂਰਨਾਮੈਂਟ ਵਿੱਚ ਖੇਡਣ ਵਾਲਾ ਆ ਨੌਜਵਾਨ ਤੋ ਅੱਗੇ ਜੋ ਚਾਰੇ ਜਾਫੀ ਨੇ ਕਹਿੰਦੇ ਕਿ ਪੈਸੇ ਜਾਈਲੋ ਨਾਲ ਕਹਿੰਦੇ ਸੁੱਖਾ ਜੰਜੂਆਰ ਕਾਢੀ ਇਹ ਚਾਰ ਨੌਜਵਾਨ ਤੋ ਜੋ ਪੁਆਇੰਟ ਹੈ ਉਹ ਫਿਰ ਕਹਿੰਦੇ ਵੀ ਇਸ ਵਕਤ ਰੇਡਰ ਵਾਸਤੇ ਆ ਕਿ ਦਿੰਦੀ ਜਨਮ ਹੈ ਗਿੱਦੜੀ ਗਿੱਦੜਾਂ ਨੂੰ ਕਰ ਸ਼ੇਰ ਨਹੀਂ ਸਕਦੀ ਹੈ ਸ਼ੇਰ ਪੈਦਾ ਜ਼ਮੀਨ ਦੇ ਵਿੱਚ ਜੇ ਗਿੱਲ ਹੋਵੇ ਹੁੰਦੀ ਫਸਲ ਹੈ ਉੱਥੇ ਫੇਰ ਪੈਦਾ ਚੰਨ ਪੁੰਨਿਆਂ ਦਾ ਰਾਤ ਨੂੰ ਦਿਨ ਚਾੜੇ ਤੇ ਕਰਦੀ ਮੱਸਿਆ ਸਦਾ ਹਨੇਰ ਪੈਦਾ ਕੀਤੀ ਤਪੱਸਿਆ ਜਿਨ੍ਹਾਂ ਹੈ ਮਾਪਿਆਂ ਨੇ ਹੁੰਦਾ ਉਹਨਾਂ ਦੇ ਘਰ ਪਲੇਅਰ ਪੈਦਾ ਤੋ ਜਫਾ ਲੱਗ ਚੁੱਕਾ ਤੋ ਦੇਖਦੇ ਵੀ ਸਾਹਮਣੇ ਜੋ ਪੁਆਇੰਟ ਹੈ ਉਹ ਇਸ ਵਕਤ ਫਿਰ ਚਮਿਆਰੇ ਪਿੰਡ ਵਾਸਤੇ ਚਮਿਆਰੇ ਵੱਲੋਂ ਰਵੀ ਦੀ ਰੇਡ ਪਈ ਹੋਈ ਕਿ ਰਵੀ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੱਲੇ ਆਂਦਲੋ ਪਵਨ ਚਵਰੋ ਕਰੇ ਸਗਲ ਬੰਨ ਰਾਏ ਫੁਲੰਤ ਜੋਤੀ ਪਾਵਨ ਪਵਿੱਤਰ ਧਰਤੀ ਸੂਰਬੀਰਾਂ ਬਹਾਦਰਾਂ ਦੀ ਔਰ ਕਬੱਡੀ ਖਿਡਾਰੀਆਂ ਭਲਵਾਨਾਂ ਦੀ ਧਰਤੀ ਔਰ ਕਹਿੰਦੇ ਵੀ ਸਟੇਡੀਅਮ ਭਰਿਆ ਹੋਇਆ ਦਰਸ਼ਕਾਂ ਦੇ ਨਾਲ ਲਓ ਸਾਹਮਣੇ ਦੇਖਦੇ ਜੋ ਪੁਆਇੰਟ ਹੈ ਉਹ ਚਮਿਆਰੇ ਦੇ ਰਵੀ ਵਾਸਤੇ ਹੈ ਬਹੁਤ ਤਕੜਾ ਖੇਡਿਆ ਜਾ ਰਿਹਾ ਔਰ ਦਰਸ਼ਕ ਵੀ ਆਨੰਦ ਮਾਣਦੇ ਹੋਏ ਇਸ ਚੱਲਦੇ ਮੈਚ ਦਾ ਲਓ ਆਹ ਸਾਹਮਣੇ ਫਿਰ ਦੇਖਦੇ ਹੋਏ ਸਿੱਖ ਸਰਦਾਰ ਗੱਭਰੂ ਗੁਲਜ਼ਾਰੀ ਦੀ ਰੇਡ ਪਈ ਹੋਈ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਲਈ ਸੱਤ ਵਾਰ ਕੇ ਕਹਿੰਦਾ ਕਿ ਭਾਣਾ ਮੀਠਾ ਲਾਗੇ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਚਰਵੇ ਨੌਜਵਾਨਾਂ ਪਾ ਫਿਰ ਆਹ ਨੌਜਵਾਨ ਕਹਿੰਦੇ ਵੀ ਫਿਰ ਗਣੇਸ਼ ਚਮਿਆਰੇ ਵੱਲੋਂ ਬਹੁਤ ਖੂਬਸੂਰਤ ਰੇਡ ਪਾਉਂਦਾ ਹੋਇਆ ਔਰ ਸਾਡੇ ਚਰਨਜੀਤ ਸਿੰਘ ਜੀ ਔਰ ਨਾਲ ਸਾਡੇ ਜਗਤਾਰ ਸਿੰਘ ਜੀ ਜੱਗਾ ਪੂਰਾ ਸਰਵੇ ਕਰਦੇ ਹੋਏ ਇਸ ਮੈਦਾਨ ਦਾ ਔਰ ਅੱਜ ਮੋਟਰਸਾਈਕਲਾਂ ਦੇ ਨਾਲ ਦੋਨੇ ਵੀਰਾਂ ਵੱਲੋਂ ਬੈਸਟ ਰੇਡਰ ਔਰ ਬੈਸਟ ਸਟੋਪਰ ਦਾ ਮਾਨ ਸਨਮਾਨ ਕੀਤਾ ਜਾਵੇਗਾ ਔਰ ਕਲੱਬਾਂ ਦੇ ਮੈਚ ਜੋ ਫਸਟ ਪ੍ਰਾਈਜ਼ 1,00,000 ਰੁਪਇਆ ਔਰ ਸੈਕਿੰਡ ਪ੍ਰਾਈਜ਼ 75,000 ਰੁਪਏ ਔਰ ਪਿੰਡ ਓਪਨ ਪਿੰਡ ਪੱਧਰ ਵਾਸਤੇ 31,000 ਔਰ 25,000 ਦੇ ਜੋ ਮਾਨ ਸਨਮਾਨ ਦਿੱਤੇ ਜਾਣਗੇ ਤੋ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਹਾਂ ਔਰ ਲੱਖ ਲੱਖ ਮੁਬਾਰਕ ਦਿੰਦੇ ਹਾਂ ਸਪੋਰਟਸ ਕਲੱਬ ਸੰਘਵਾਲ ਖੇਡਾਂ ਪਿੰਡ ਦੀਆਂ ਔਰ ਵੈਲਫੇਅਰ ਯੁਵਕ ਸੇਵਾਵਾਂ ਕਲੱਬ NRI ਵੀਰਾਂ ਸਾਰਿਆਂ ਦਾ ਧੰਨਵਾਦ ਬਿੱਟੂ ਕਰਤਾਰ ਪੈਲੇਸ ਤੋਂ ਵਿਸ਼ੇਸ਼ ਤੌਰ ਤੇ ਪਿਆਰ ਦੀਆਂ ਗੰਢਾਂ ਨੂੰ ਪੱਕੀਆਂ ਕਰਨ ਵਾਸਤੇ ਪੁੱਜੇ ਨੇ ਤੋ ਮੈਂ ਧੰਨਵਾਦ ਕਰਦਾ ਜੀ ਆਇਆਂ ਨੂੰ ਆਖਦਾ ਬਿੱਟੂ ਕਰਤਾਰ ਪੈਲੇਸ ਵਾਲਿਆਂ ਦਾ ਚੱਲ ਬਈ ਨੌਜਵਾਨਾਂ ਪਾ ਫਿਰ ਵੀ ਰੇਡ ਗੁਲਜ਼ਾਰੀ ਕਿ ਮੋੜੀ ਮੋੜੀ ਨੀ ਗੁਲਜ਼ਾਰੀ ਭੇਡਾਂ ਦੂਰ ਗਈਆਂ ਕਦੇ ਲੋਕ ਕਹਿੰਦੇ ਕਾਵ ਦੇ ਵਿੱਚ ਗੱਲ ਗੁਲਜ਼ਾਰੀ ਦੀ ਔਰ ਕਦੇ ਕਬੱਡੀ ਦੇ ਮੈਦਾਨਾਂ ਦੇ ਵਿੱਚ ਮੂਲਕਾਂ ਦੇ ਗੁਲਜ਼ਾਰੀ ਦੀ ਗੱਲ ਔਰ ਅਗਲੇ ਇਸ ਮੈਦਾਨ ਦੇ ਵਿੱਚ ਦੇਖਦੇ ਵੀ ਗੁਲਜ਼ਾਰੀ ਦੀ ਗੱਲ ਨੱਥੂ ਚਾਲ ਵਾਲੇ ਦੀ ਖੱਬੇ ਸੱਜੇ ਹੁੰਦਾ ਹੈ 2 ਨੰਬਰ ਦੇ ਉੱਤੇ ਮਾਰਦਾ ਹੈ ਟੱਚ ਵੱਲੋਂ ਵੱਲੋਂ ਨਹੀਂ ਰੀਸਾ ਵੇਖੋ ਚ ਪੱਟਣੀ ਤੇ ਬੜੀ ਔਖੀ ਲਾਉਣੀ ਇੱਕ ਵੱਡੀ ਵਿਕਟ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਤੋ ਬਿਰਗ ਪਰਿਵਾਰ ਅਲਾਪੋ ਕਦੇ ਸ਼ਿੰਦੀ ਬਿਰਗ ਵਰਗੇ ਕਹਿੰਦੇ ਵੀ ਬਿਰਗ ਪਰਿਵਾਰ ਵੱਲੋਂ ਵੀ ਇਹਨਾਂ ਨੌਜਵਾਨਾਂ ਦਾ ਵੱਡਾ ਮਾਣ ਸਨਮਾਨ ਹਰ ਸਾਲ ਵੱਡੇ ਖੇਡ ਮੇਲੇ ਚੱਲ ਬਈ ਨੌਜਵਾਨਾਂ ਫਿਰ ਦੇਖਦੇ ਵੀ ਕੌਣ ਡੱਕਦਾ ਇਸ ਗੱਭਰੂ ਨੂੰ ਚਮਿਆਰੇ ਵੱਲੋਂ ਸਾਹਮਣੇ ਰਵੀ ਦੀ ਰੇਡ ਬੱਲੇ ਬੱਲੇ ਚਾਰੇ ਨੌਜਵਾਨ ਬਿਲਕੁਲ ਤਿਆਰ ਰਹੇ ਗੱਭਰੂ ਚੋਟੀ ਦੇ ਤੀਰਥ ਬਾਜ਼ ਤੇ ਰਾਜਾ ਦੀਪਾ ਬੋਪਾ ਰਾਏ ਤੋਂ ਇੱਕ ਤੇ ਮਦਨ ਮਧੂ ਪੰਡਿਤ ਨੇ ਔਰ ਇੱਕ ਸਾਡੇ ਹੋਰ ਪੰਡਿਤ ਜੀ ਆਏ ਨੇ ਵਿਸ਼ੇਸ਼ ਤੌਰ ਤੇ ਕਬੱਡੀ ਨਾਲ ਜੁੜੀ ਹੋਈ ਸ਼ਖਸੀਅਤ ਆ ਤੋ ਧੰਨਵਾਦ ਕਰਦੇ ਸਾਡੇ ਜਗਤਾਰ ਸਿੰਘ ਜੱਗੇ ਦੀ ਪੂਰੀ ਟੀਮ ਵੱਲੋਂ ਔਰ ਸਾਡੇ ਜੋ ਅੱਗੇ ਪ੍ਰਧਾਨ ਨੇ
कहते भाई इस क्लब के चेयरमैन जसवीर सिंह जी ऑस्ट्रेलिया और पहलवान महिंदर सिंह जी साढ़े रिटायर्ड डिस्ट्रिक्ट स्पोर्ट्स ऑफिसर पहलवान का परिवार तो स्वर्गवासी पहलवान जगीर सिंह जी परमजीत सिंह जी पम्मा और रेशम सिंह अनेक कहते भाई इस नगर ने पहलवान पैदा किए आओ विशेष तौर पर धन्यवाद। अगला जो मैच दोनों टीम बिल्कुल तैयार हो गई और मेरा छोटा वीर आलमगीर अगले कमेंट्री इसे माइक तो करेगा। लाओ आ देखते भी रेड सामने कमल नथूचाल की धरती का कहते नथूचाल के बॉल तो मशहूर है और नथूचाल की कबड्डी मशहूर है। आओ सामने कमल के नाल बहुत सोहना सुंदर जहा मुकाबला और समय के मुताबिक जो पॉइंट साढ़े मनदीप फंधू विसल मार दे रहे पॉइंट जो है वो इस वक्त स्टॉपर वास्ते पॉइंट चमियारे पिंड वास्ते जिन्हें भी कोच ने जिन्हें भी दर्शक ने जिन्हें भी कबड्डी खिडारी ने सारे का विशेष तौर पर धन्यवाद और जी आया नो जिहड़ी टीम पहला एंटर होगी पहली रेड उस टीम की होगी तो अगले मैच दिया जो सैकंड का मैच सैकंड मैच है हाँ जी पट्टा साहब पिंदर दे मासड़ इंदरजीत सिंह निक्का वालों एक होर नोट 500 दा पिंदर दी पूरी टीम नूं मेहरबानी जी 500 रुपया पहला पहुंचिया तो 500 रुपया हुण तो कबड्डी वास्ते मारी कबड्डी वास्ते मुहब्बत है तो विशेष तौर पर धन्यवाद। ये मैच दे खत्म होंदिया सर वालीबाल का जो मैच वह भी आप शुरू करवाना तो वालीबाल दी जिहड़ी टीमां वह भी मैदान दे विच पहुंचणगियां ते इधर पासे कबड्डी का जो मैच जो भी नाल नाल चलना तो धन्यवाद गणेश की कबड्डी दो नंबर दे तो फड़िया हुआ गुट और लगी हुई कैंची इधरले पासे दिनेश पॉइंट अपनी टीम वास्ते चमियारे वास्ते दिनेश का पॉइंट अगले मैच दी दोनों टीम शकरपुर की टीम मेरे ख्याल में ग्राउंड के पहुंच चुकी है शकरपुर की टीम मैदान के विच है और दूसरी जोड़ी टीम है कृपा करके मैं तलवंडी चौधरिया जिला कपूरथला दोनों टीम मैदान के विच पहुंचने की कृपालता कर ताकि जो मैच है वो शुभ आरंभता हो सके तो धन्यवाद दोनों टीम का। आओ आप जो लेखा जोखा इस मैच का स्कोर सांझे करिए भी किन्ने किन्ने स्कोर ने आ जो मैच पहला जो मैच अगले कप का पहला मैच वो स्कोर की ने आप सांझे करते हैं वॉलीबॉल वाली जो ग्राउंड है वो भी उड़ीक वान है कृपा करके भी दोनों टीम जिहड़ियां वो वॉलीबॉल की ग्राउंड वाले पासे नूं पहुंच जाण उधरले पासे वॉलीबॉल का मैच और इधरले पासे कबड्डी का जो मैच है खेडिया जाएगा। कबड्डी दीआं दोनों टीम शकरपुर की टीम तो मेरे ख्याल पहुंच चुकी है तलवंडी चौधरिया चमियारे की टीम जेतू है ये जो मैच चलता से पहले मैच चमियारे की टीम जेतू हेलो 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 धन्यवाद साढ़े दरम्यान बहुत ही माणयोग सत्कारयोग शख्सियत पुज रही जिन्हां दे विच दलवाग सिंह बाग बख्शीश सिंह कुराला रणजीत सिंह तलवाड़ साढ़े दरम्यान पुजे अज दे इस खेड मेले नूं तकण वास्ते बहुत बहुत धन्यवाद बहुत बहुत जिया नूं उहनां दा निघा स्वागत वड्डी गिणती विच दर्शक वीर भी पुज रहे आ अपने कमांकारा छड़ के इतने अज के खेड मेले तक वास्ते उन्हों का भी कदम कदम सिर मत्थे सब नूं जी आया धन्यवाद। हेलो भाई तलवंडी चौधरिया की टीम ते शकरपुर की टीम पिंदर कहता हूं तो तिरंगा शहर ही याद आता न्यूजीलैंड का तिरंगा शहर का वसनीक हो गया पिंदर न्यूजीलैंड का। भाई मैं बेनती करदा भी तलवंडी चौधरिया ते शकरपुर दे बाकी दे खिडारी भी मैदान दे विच आ जाओ बहुत कहिंदे भी चोटी दा मैच खेड मैदान दे विच शुरू किया जा रहा है। एक पासे जिले कपूरथला दा जिहड़ा पिंड बड़ा प्रसिद्ध है मेरे पंजाबी वीरो तलवंडी चौधरिया हाँ जी
अमनदीप सिंह कनेडा बेनती है कि एक दो मिनट लिए स्टेज के उपर पहुंचन अते नाल दी नाल वालीबाल का फाइनल जो होगा मुकाबला उसके वास्ते जिन्हें भी साढ़े पतवंते स्टेज के उपर विराजमान ने सब नू बेनती है कि सारे जाके वालीबाल का जो फाइनल मैच होगा उन्होंने खिडारियों को आशीर्वाद देना अपना मैं बेनती करूंगा अमन कि साढ़े पतवंते सज्जना लैके वालीबाल की ग्राउंड में पुजन साडा वीर अमनदीप सिंह कनेडा धन्यवाद हेलो स्वर्गीय जसपाल सिंह जस्सा अपने समय दे विच संघवाल वास्ते जिन्होंने तगड़ी कबड्डी खेडी है ते कबड्डी खिडारी पप्पू संघवाली है अज जो साढ़े दरम्यान नहीं रहे पर उन्हां दियां यादां जग्गा जी कहिंदे भी अज भी आउंदियां है चरणजीत जी कहिंदे भी अज भी उन्हां शख्सियतां दी याद आ रही है सरवण सिंह जी मैंबर पंचायत उन्होंने भी तगड़ी कबड्डी खेडी है वह भी याद कर रहे हैं सो शरदा दे फुल भेट करते हैं मैं जगे भाजी आ टीम लाइनअप करनी है कि नहीं बई नाल ही वालीबाल दी टीम भी लाइनअप हो जाए क्योंकि उधर भी फाइनल मैच चल रहा है तो इधर सैमी चलना सो जगे भाजी मैं बेनती करता है साड़ा सुखा खालसा अजे तक नजर नहीं आ रहा उन्होंने बेनती है कि टीम ठीक है जी नहीं साढ़े बहुत ही सत्कारयोग हरभजन सिंह जी लंबड़दार रेशव सिंह जी लंबड़दार जसपाल सिंह जी पाला पहलवान नरंजन सिंह जी दया महेंद्र सिंह जी मास्टर भागराम जी सेवा सिंह जी करमचंद जी साढ़े सबका पंच गोका भाजी सब न बेनती है कि खिडारियों जाके अपना आशीरवाद देन सो खिडारी भीरां नू बेनती है कि ग्राउंड के लाइनअप हो जाओ साढ़े वतवंते अपना आशीर्वाद देने वास्ते ग्राउंड में पुज रहे हैं वालीबाल की खिडारियों को बेनती है हाँ जी मलहार सिंह जी दुबई के अज कहते भी पुत्र भी देख रहा बैठ के 25,000 रुपया मान दिता खेड मेले वास्ते बहुत तगड़ा मैच खेड मैदान की शुरुआत है कि लोहे जहे पट हुण मार मार थापियां छातियां ना जान जदों गजां विच नापियां लाली पेंदी पिंडे उत्ते गिठ गिठ चाड़नी हाड़ियां तो लथदी नहीं दुध वाली काढ़नी ये तो खा के खुराका पैंदा है शरीर पालना है सौखी नहीं कबड्डी खेडनी घालनी पैंदी है बड़ी घालना है कि रब वांगू पैंदे फिर पूजने मैदान जी फिर जाके पैंदी है शरीर विच जान जी कि माड़ा मूह मिलता है प्यार जगते कि मोड़ा उत्ते बैठे आंदे काले आवे वीजे नहीं लगते कहते भी अज हाँ जी पड्डा साहब पहला मैच फंडरेशन का तुहानू नोट करवाया मेरे हिसाब नाल हाँ जी पहला मैच जिहड़ा है पंजाब कबड्डी एसोसीएशन दी टीमों के दरम्यान पहले मुकाबले दी टीम जल्द आउणगियां खेड मैदान के अंदर बहुत सोहना जिहड़ा मैच खेडिया जाएगा तो मैं बेनती करदा वी पहले मुकाबले दी टीम 10 मिनट के अंदर मैदान के आनगियां 10 मिनट के अंदर पंजाब कबड्डी एसोसीएशन साढ़े मल्ली साहब 5 मिनट दे दिए पहले मैच दी टीमां 5 मिनट दे आओ 5 मिनट के अंदर आओ जी पहले मुकाबले हाँ जी पहलवान मलकीत सिंह जी जिन्हां दी रहनुमाई दे हेठ अज दे कुश्ती दे मुकाबले होने आ बई जिन्हां पहलवानां नूं सद्दा दित्ता सद्दे पत्र वाले पहलवान जिहड़े आ स्टेज दे खब्बे हत्थ सामने पौड़ियां बणियां उत्थे पहुंच जाओ जी पहलवानां नूं बेनती है कि सद्दे पत्र वाले पहलवान सामने पौड़ियां ते मलकीत कांजली वाला उहनां नूं सद्दे दे रहा स्कैजूल तैयार कीता जाणा है क्योंकि अज जगीर सिंह पहलवान दी याद दे विच हर साल की तरह कुश्तियां भी करवाईयां जाणियां है ते पहले मैच दी टीमां जिहड़ियां जल्द खेड मैदान दे विच रिपोर्ट करनगियां सो जल्द तो जल्द टीमां दोनों तैयारी करके मैदान दे विच आओ मेरे हिसाब नाल पहला मैच चढ़दी कला कबड्डी क्लब जलंधर ते खालसा माझा कबड्डी क्लब जलंधर की टीम के दरम्यान है
हां जी रमन साडा वीर यूएसए तो माण है सानू कहते भी जगे के भतीजे सानू माण है रमन यूएसए तो जसे चाहल नू एक एक पल की खबर पूछ रहा भी कहो जिहा माहौल चल रहा है कहो जे मैच चल रहे ने पिंड दे विच सो मैं बहुत बहुत धन्यवादी हाँ रमन यूएसए जो साडे दरम्यान लाइव जुड़िया हुआ है खेड मैदान के पल पल की खबर रखता है सो जसे वीर वालों जगे वीर वालों जगे वालों भी बहुत बहुत धन्यवाद है अपने भतीजिया का कि भतीजिया ने वड्डे माण बख्शे ने संघवाल दीआं खेडां वास्ते मैं इन्हों का विशेष तौर पर धन्यवादी हाँ सुखा घोगू छोर कहिंदे भी अज सुखिया तैनू भी मुबारक है गोपाल प्रिय नन्नी भी मुबारक है भी मोटरसाइकिल संघवाल के कबड्डी कप भी दिता जा रहा है सो गोपाल प्रिय नन्नी कहिंदे भी संगत टैलीविजन वालों ने यूरोप के पुछया है भी मुंडिया कि क्लब वालों खेडता है तो नन्नी गोपाल प्रिय ने कहा कि सुखे घोगू छोर की खेड क्लब पंजाब वड्डे पद्धर से खेडती है उहदे वालों मैं कबड्डियां पाउंदा है ते कबड्डी मेरे पंजाबी वीरियो खेड मैदान दे विच बच्ची आओ खेड मैदान दे कबड्डी पा रहे है उधले पासे पिंदू उधले पासे पिंदा उधले पासे नानक मुडी शहरियां दा ते आओ देखांगे भी दो नंबर तो खुच पुट्टी हुई है कि खुच पुट्टनी ते कबड्डी विच मारनी है बड़ी औखी ढाक मित्रो दा मेहनतां दे नाल सब लगदे ने भी खा के खुराक मित्रो बहुत सोहना जफा इस वेले खेड मैदान दे विच लगदा होया इधरले पासे हीरा चहल खेड मैदान भी कबड्डी पा रहा हीरे चहल की कबड्डी पैन जा रही है मेरे पंजाबी वीरियो कहते भी चहल परिवार का तलवंडी चौधरी पिंड का हीरा है इस वेले खेड मैदान भी कबड्डी चुके है दोनों सके वीर कहते भी कन्निया के उपर ने एक पासे मलूक अली है दूसरे पासे फरियाद अली है कहते भी इस वेले कबड्डी पा दी गबरू ने लंबड़ू दीन के दोनों सपुत्र कहते भी बह जा करवाते हैं तो उधरे पासे फरियाद कहते भी डकदा बल्ले 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 वाह तारियां मार दे मेरे पंजाबी वीरों नंबर धावी के खाते में जुड़ गया है तलवंडी चौधरिया की टीम के खाते के नंबर का वाधा हो चुके है अगली कबड्डी समरा परिवार का कुलप्रीत खेल मैदान भी कबड्डी पाउण वास्ते वधन जा रहा है मेरे पंजाबी वीरों अपीलां दलीलां सुखा घोगू छोर का मैदान है जसा कहिंदा भी सुखिया खेडण दे मुंडिआं नूं ते सुखा कहिंदा भी असीं कदे किसे नूं रोकिआ नहीं जेडे खेड़ दे बलबूते दे भार ते खेड़दे आ सो अपीलां दलीलां चल रहीआं ने खेड मैदान दे अंदर बहुत तकड़ा मैच इस वेले दोनों टीमां दे दरमियान जिहड़ा शुरू होया है ते हुण अगली गल जिहड़ी है हरजिंदर सिंह जी कनेडा दे टोरंटो दे विच वसे होए आ लंबरदार साहब सरदार हरजिंदर सिंह जी कनेडा तो 31,000 रुपया भी दिता है तो अज कबड्डी 365 के जरिए लाइव तक रहे ने मैं लंबरदार हरजिंदर सिंह जी कनेडा के टोरंटो तो जो लाइव तकते हैं उन्होंने भी बहुत बहुत धन्यवाद हैदले पासे कुलप्रीत समरा परिवार का कहते भी बड़ाले माही का गभरू खेड मैदान भी कबड्डी पा रहे हैं एक पासे नानक दूसरे पासे देखना बिंदू है पर उधरे पासे काला कहता भी मैं करदा दुहत आओ कदे सज्जे कदे खब्बे सन